छोटा मेरा पिंडा जे पिंडा ओनू पिंडे नू भी चको आपे दसेगा जिहदे कोलों लियांदा। लुधियाना दा मनजीत नगर इलाका नशे दे सौदागरां लई स्वर्ग बनिया होया है, पर नशे दे आदि होए नौजवानां दे मापे इलाके च नशाखोरी नूं ठल ना पाण करके अपनियां जिंदगियां नरक बन गईयां महसूस कर रहे ने। लोकां दा कहना है कि पंजाब सरकार 85% वादे पूरे कर देण दे दावे कर रही है। इन्हां वादियां विच गुटका साहिब हथ फड़ के कैप्टन साहिब दा नशा खत्म करन दा वी वादा आउंदा है। इस दे बारे मनजीत नगर दीआं बजुर्ग महिलावां ने सारे पर्दे खोले। इना ही नहीं, बजुर्ग महिलावां ने कहा कि उन्होंने पुत्र नशा करते हैं अते घर का समान चोरी करके वेच दिंदे हैं। कुछ महिलावां ने तो यह भी कहा कि वह विधवा हैं अते जेकर वह शाम नूं 500 कमाउंदियां हैं तो उन्होंने पुत्र खो के नशा कर लेंदे हैं। उन्हें पुलिस मुलाजमान के सामने ही उन्होंने उपर वड्डे वड्डे इल्जाम लाते कहा कि पुलिस उन्होंने सुनवाई नहीं करती। उन्हें प्रशासन तो मंग की कि उन्हें वल ध्यान दिता जाए ता जो अपने बच्चों बचा सकन। बजुर्ग महिलावां ने इलाके विच नशा वेचना बंद करवाउण नूं लैके मोर्चा खोलदिया पुलिस के खिलाफ भी रज के भड़ास कढ़ी। उन्हां कहा कि पुलिस मुलाजम कार्रवाई नहीं करदे, इस कारण उन्हां दे इलाके विच नशा विकदा है। इन्ना ही नहीं, कुछ विधवा औरतां ने सुसाइड की गल भी की, कहा कि उन्हां दे बच्चे उन्हां तों पैसे खो के अते घर का समान वेच के नशा करदे हन, जिस कारण वह मरना चाहुंदियां हन। ਕਿ ਮਨਜੀਤ ਨਗਰ 'ਚ ਇਹ ਬੀਬੀਆਂ ਭੈਣਾਂ ਨੇ ਮਾਵਾਂ ਦੇ ਬੱਚੇ ਨਸ਼ਾ ਪੱਤਰ ਖਾ ਖਾ ਕੇ ਇਹ ਮਾਵਾਂ ਨੂੰ ਇੰਨਾ ਕਾਲਾਂ ਨੂੰ ਦੁਖੀ ਕੀਤਾ ਹੈ ਨਾ, ਘਰ ਦੀਆਂ ਨਾਲ ਜੋ ਜੋ ਚੀਜ਼ਾਂ ਵੇਚਣ ਦੱਸ। ਸਾਡੀਆਂ ਦੇ ਚੀਜ਼ਾਂ ਐਲਸੀਡੀਆਂ ਤੱਕ ਨਿਆਣਿਆਂ ਨੇ ਤੋੜੀਆਂ ਆ। ਇੱਥੋਂ ਬਾਹਰੋਂ ਆ ਕੇ ਆਹ ਜਗ੍ਹਾ ਦੇ ਉੱਤੇ ਬੈਠ ਕੇ ਤਾਂ ਨਸ਼ਾ ਵਿਖਦਾ ਆ। ਇੱਥੇ ਸਾਡੇ ਮੁੰਡੇ ਸਾਡੇ ਗਲ 'ਚ ਗੁੱਠੇ ਦੇ ਦੇ ਕੇ ਪੈਸੇ ਲੈਂਦੇ ਆ। ਕਿੱਥੋਂ ਦੇ ਗਏ ਅਸੀਂ ਰੋਜ਼? ਅੱਗੋਂ ਹੁਣ ਪੁਲਿਸ ਜਦੋਂ ਸਾਡੇ ਮੁੰਡੇ ਕਰਦੇ ਸੀ ਉਹਦਾ ਤਾਂ ਨਿੱਤ ਤੀਆ ਦਾ ਪੁਲਸਾਂ ਸਾਡੇ ਕੋਠਿਆਂ ਤੇ ਚੜ੍ਹਦੀ ਸੀ। ਜੇ ਸਾਡੇ ਮੁੰਡੇ ਖੜ ਗਏ ਹੁਣ ਦੂਜੇ ਕਿਉਂ ਵੇਚਦੇ ਆ? ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈਗੀ। ਬੰਦੇ ਫੜਾਓ, ਬੰਦੇ ਫੜਾਓ, ਬੰਦੇ ਸਭ ਕੁਝ ਇਹਨਾਂ ਨੂੰ ਪਤਾ ਪੁਲਿਸ ਵਾਲਿਆਂ ਨੂੰ ਵੀ ਕਿਹੜਾ ਕਿਹੜਾ ਵੇਚਦਾ ਕਿਹੜਾ ਕਿਹੜਾ ਨਹੀਂ ਵੇਚਦਾ। ਜੇ ਇਹਨਾਂ ਨੂੰ ਮਹੀਨਾ ਲੈ ਕੇ ਆਉਂਦਾ ਆ ਮਹੀਨਾ ਪੁੱਛਦਾ ਦੇ ਫੜੋ ਉਹਨਾਂ ਨੂੰ। ਇੱਥੇ ਧਰਮਿੰਦਰ ਔਰ ਮੇਵਾ ਸਿੰਘ ਆਊਂਗਾ ਕਹਿੰਦਾ ਤੁਸੀਂ ਫੜ ਕੇ ਫੜਾਓ। ਕਿਹੜਾ ਬੰਦਾ ਹੈ ਕਿ ਫੜ ਕੇ ਜਿਹੜਾ ਫੜਾਏਗਾ ਆਪਣੀ ਦੁਸ਼ਮਣੀ ਲਏਗਾ? ਤੁਸੀਂ ਕਹਿੰਦੇ ਨਹੀਂ ਸੈਲਰੀ ਲੈਂਦੇ ਤੁਹਾਨੂੰ ਇਹ ਉਹ ਕਹਿੰਦਾ ਇਨਫੋਰਮੇਸ਼ਨ ਹੈ। ਮੈਂ ਇਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਸਿਵਲ 'ਚ ਆ ਕੇ ਇੱਕ ਵਾਰੀ ਡਿਊਟੀ ਲਾਓ। ਕੋਰਟ ਸਕੂਲ ਹੈ ਇਹ ਮੇਨ ਮੁੱਦਾ, ਇੰਨਾ ਹੀ ਏਰੀਆ ਜਿੱਥੇ ਉਹ ਰੋਡ ਤੇ ਵੇਚਣਦੇ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਆ ਇਹ ਰੋਡ ਹੈ, ਉੱਥੇ ਗੁਰਦੁਆਰਾ ਸਾਹਿਬ ਕੋਲ ਹੈ। ਉਹ ਕਹਿੰਦਾ ਉਹਨਾਂ ਨੂੰ ਦੱਸਿਆ ਵੀ ਆ, ਪਰ ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ, ਖਾਸ ਕਰਕੇ ਇਹ ਏਰੀਆ ਦਾ। ਪੁਲਿਸ ਨੂੰ ਸਭ ਕੁਝ ਪਤਾ ਹੈ। ਹੁਣ ਜਦੋਂ ਕੋਈ ਹੋਏਗੀ ਦੇਖੋ, ਅਸੀਂ ਮੰਗਾਂ ਦੇ ਸਾਡੇ ਬੱਚੇ ਸੁਧਰ ਜਾਣ, ਹੁਣ ਸਾਡੀ ਹੈਲਪ ਕਰੇ। ਸਾਡੇ ਮੇਰੇ ਮੁੰਡਾ ਮਰ ਗਿਆ ਨਸ਼ੇ ਕਰਕੇ। ਤਿੰਨ ਮੁੰਡੇ ਸੀਗੇ, ਦੋ ਇੱਕ ਮੁੰਡਾ ਛੋਟਾ ਮੇਰਾ ਪਿੰਡਾ ਜੇ ਪਿੰਡਾ ਉਹਨੂੰ ਪਿੰਡੇ ਨੂੰ ਵੀ ਚੱਕੋ ਆਪੇ ਦੱਸੇਗਾ ਜਿਹਦੇ ਕੋਲੋਂ ਲਿਆਂਦਾ। 26-26 ਸਾਲਾਂ ਦੇ ਬੱਚੇ ਨੇ ਸਾਡੇ, ਮੈਂ ਰੇੜੀ ਲਾਨੀ ਆ ਦੱਸੋ। ਦੂਜੇ ਮੁੰਡੇ ਨੇ ਸਾਡੀ ਹੋਰ ਮੇਰੀ ਭਜਾਈ ਆ, ਇਹਦੇ ਤਿੰਨੇ ਮੁੰਡੇ ਨਸ਼ਾ ਕਰਦੇ ਆ। ਬੰਦਾ ਇਹਦਾ ਨਸ਼ਾ ਪਿੱਛੇ ਬੱਚਾ ਨੂੰ ਹਟਾਉਣ ਪਿੱਛੇ ਇਹਦਾ ਬੰਦਾ ਮਰ ਗਿਆ ਵਾ, ਪਰ ਇਹ ਬੱਚਾ ਨੇ ਤਿੰਨਾਂ ਨੇ ਅੱਜ ਤੱਕ ਨਸ਼ਾ ਨਹੀਂ ਛੱਡਿਆ। ਬੰਦਾ ਛੋਟਾ ਰੋਂਦੀ ਆ ਕਰਮਾਂ ਨੂੰ। ਅਸੀਂ ਮੰਗ ਕਰਦੇ ਹਾਂ ਭਈ ਸਾਡਾ ਇੱਥੇ ਮੁਹੱਲੇ ਦੇ ਵਿੱਚ ਕੋਈ ਨਸ਼ਾ ਨਹੀਂ ਵਿਕਣਾ ਚਾਹੀਦਾ, ਕੱਲਾ ਚਿੱਟਾ ਨਹੀਂ, ਕੋਈ ਵੀ ਨਸ਼ਾ ਵਿਕਣਾ ਦੇਣਾ ਅਸੀਂ। ਜਿੰਨਾ ਮਨਜੀਤ ਨਗਰ ਵਿੱਚ ਗਾਂਦੇ ਨਾ ਉਹ ਇੰਚਾਰਜਾਂ ਨੂੰ, ਬਸ ਥਾਣਿਆਂ ਨੂੰ, ਸਭ ਨੂੰ ਪਤਾ ਇਹ ਤੋਂ ਲੈ ਕੇ ਜੱਜ ਤੱਕ ਕਿ ਮਨਜੀਤ ਨਗਰ ਵਿੱਚ ਕਿੱਥੇ ਕਿੱਥੇ ਨਸ਼ਾ ਵਿਕਦਾ।
फिर आ जाता फिर चार बंदे होर लग जाते अगले कहते इन्हे कोठी पाली मैं क्यों रह गया इतने अज तक किसी ने एक बंदा नहीं फड़िया ओहदे ते एक केस नहीं पाया लैके जाते दो दिन बंद करके पैसे लैके छड़ दिंदे आ साडे कोल रिपोर्टां पईआं ने अगर साडे कोल पिछलियां किन्नियां रिपोर्टां ने 500 वार असीं रिपोर्ट करा चुके आ जिहड़े बच्चे बेचारे पींदे ने ना उहनां नूं विच फसा दिंदे आ उहनां दीआं मावां इधर नूं रोंदियां फिरदियां ने कमिश्नर तक लैटर साडे कोल पईआं आईआं ने कोई नहीं कुछ होया ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਾਰਵਾਈ ਕਰਦੇ ਆ ਰਹੇ ਨੇ ਜੇਕਰ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੇ ਮਹਿਲਾਵਾਂ ਨੂੰ ਕਿਹਾ ਉਹ ਸਿਵਲ ਵਰਦੀ ਵਿੱਚ ਗਸ਼ਤ ਕਰਨਗੇ ਅਤੇ ਪੁਲਿਸ ਦੀ ਚੌਕਸੀ ਵਧਾਉਣਗੇ ਤਾਂ ਜੋ ਨਸ਼ਾ ਵੇਚਣ ਵਾਲਿਆਂ ਉੱਪਰ ਨੱਥ ਪਾਈ ਜਾ ਸਕੇ ਵਾਰ ਵਾਰ ਕੋਈ ਪਹਿਲਾਂ ਕੰਪਲੇਂਟ ਇਹਦੇ ਨਾਲ ਦੀ ਆਈ ਤੇ ਨਹੀਂ ਜੇਕਰ ਸਾਨੂੰ ਕੋਈ ਕੰਪਲੇਂਟ ਇਹਦੇ ਰਿਕਾਰਡਿੰਗ ਕੋਈ ਨਸ਼ੇ ਦੇ ਪ੍ਰਤੀ ਆਉਂਦੀ ਅਸੀਂ ਉਹਨੂੰ ਪੁੱਛਗਿੱਛ ਕਰਦੇ ਹਾਂ ਕਿ ਨਸ਼ਾ ਕਰਦਾ ਜਾਂ ਨਹੀਂ ਕਰਦਾ ਜੇ ਕੋਈ ਨਸ਼ਾ ਕਰਨ ਦਾ ਰਿਕਾਰਡਿੰਗ ਕੋਈ ਬੰਦਾ ਸਾਹਮਣੇ ਆਉਂਦਾ ਅਸੀਂ ਉਹਦੇ ਵਿਰੁੱਧ ਕਾਰਵਾਈ ਕਰਦੇ ਹਾਂ ਉਹਦਾ ਇਹ ਕਹਿਣ ਦੀ ਗੱਲ ਹੈ ਕਿ ਇਹ ਨਸ਼ਾ ਕਰਕੇ ਹੁੰਦੀ ਹੈ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਕੋਈ ਬਿਮਾਰੀ ਦੇ ਨਾਲ ਮਰ ਜਾਂਦਾ ਕੋਈ ਬੰਦਾ ਵੈਸੇ ਗਲਤ ਕੋਈ ਦਵਾਈ ਦੁਵੀ ਖਾ ਕੇ ਹੋ ਜਾਂਦਾ ਪਰ ਪੋਇਜ਼ਨ ਪੂਜਨ ਸੰਬੰਧੀ ਜਾਂ ਕੋਈ ਇਹ ਨਸ਼ਾ ਤਸਕਰ ਕਰਨ ਸੰਬੰਧੀ ਸਾਡੇ ਕੋਈ ਗੱਲ ਨੋਟਸ ਵਿੱਚ ਨਹੀਂ ਪਹਿਲਾਂ ਆਈ ਹੁਣ ਕਿੱਦਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਇੱਥੇ ਮਨਜੀਤ ਨਗਰ ਦੇ ਵਿੱਚ ਪੁਲਿਸ ਦੀ ਚੌਕਸੀ ਵਧਾਵਾਂਗੇ ਸਿਵਲ ਕੱਪੜਿਆਂ ਵਿੱਚ ਬੰਦੇ ਛੱਡ ਕੇ ਜਿਹੜੇ ਬੰਦੇ ਕੋਈ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਦਿਲਬਾਗ ਦਾਨਿਸ਼ ਦੀ ਰਿਪੋਰਟ ਦ ਸਮਰ ਨਿਊਜ਼ ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ